लुधियाना के कमिश्नर दफ्तर में उस समय अफरा तफरी मच गई जब एक महिला ने खुद पर पेट्रोल छिड़कर आत्महत्या का प्रयास किया। वहीं वहां मौजूद लोगों ने तुरंत महिला को ऐसा करने से रोका। पीड़िता के पति ने थाना मेहरबान पुलिस पर धक्केशाही का आरोप लगाए हैं। उन्होंने बताया कि दूसरी पार्टी के साथ लड़ाई झगड़े में पुलिस सांठगांठ से उन पर पर्चा दर्ज करने का दबाव बना रही है। इसी परेशानी के चलते आज कमिश्नर दफ्तर में इंसाफ की गुहार लेकर आए थे, लेकिन कमिश्नर साहब किसी मीटिंग में व्यस्त थे, जिस कारण महिला ने खुद को आग लगाने का सोचा। फिलहाल महिला को अस्पताल में पहुंचाया गया है। एनकाउंटर ने लुधियाना से टिंका की रिपोर्ट। अंडे उंडे लैन आता ही होलसेल की शॉप सी, तो मैं ड्राइविंग करता ही, मेरे को बलैरो पिकअप गड्डी सी, तो मेरी बाइक दुकान पर बहुत सी, तो जाने की रेगुलर आता रेगुलर आने करके बाइक में तंग परेशान कर लग गया। जाने की बाइक ने पहला तो मैं दस दिन दसिया नहीं, इन्हें अपने को कह कि हट जा कि साढ़े घर बच्चे फसाद पैसे छोटे छोटे बच्चे है, पर नहीं मने। उस तो बाद उन्हें किसी का फोटो खिंच ली, फोटो खिंच के वो ब्लैकमेल कर लग गया। ब्लैकमेल करने तो बाद लगातार ही 2 महीने तंग परेशान करता रहा। मुड़ के जो मैं उन्होंने फोन मारिया कि इदा करके चंगी गल नहीं हैगी, साढ़े घर से आ गया चढ़ के 20 बजे लै गए उन्हें 20 बजे दाता कृपाना ना मेरे। हाँ जी, मैं पहला भी 2 बारी मिल के गया कमिश्नर साहब, दो रिपोर्टा दे के गए, कोई हल नहीं हो रहा। उस तो बाद मैं पुलिस वाले, मैं 4 महीने लगातार मट्टे वाले चौक ही गया वहाँ जी, कोई जाने की कुछ नहीं होया। उस तो बाद कल मैं फोन करके कह रहे हैं, कल आयो शाम को आयो फिर आयो अफसर है नहीं फलाना है नहीं, रोज़ लारे लाते रहे, असं रोज़ डेली जाते रहे, कदम शाम को सवेर छोटे छोटे बच्चे छड़ के घर जाना पैंता है, उन्होंने देखना पैंता है, साड़ी कोई सुनवाई नहीं हो रही है। कल मैंने उन्होंने फोन करके गया जहाँ 1.5 लाख रुपया दे ਜਾਂ ਤੇਰੇ ਤੇ 326-307 ਦਾ ਪਰਚਾ ਕਰ ਦੇਣਾ, ਜੇ ਪਰਚਾ ਰੋਕਣਾ ਤਾਂ ਕਹਿੰਦਾ ਜਾਂ 1.5 ਲੱਖ ਰੁਪਏ ਦੇ ਦਿਓ, ਨਹੀਂ ਤਾਂ ਫਿਰ ਪਰਚਾ ਨਾ। ਮੇਰੇ ਕੋਲ 1.5 ਲੱਖ ਰੁਪਇਆ ਜੀ, ਮੈਂ ਰੋਜ਼ ਜਿੰਨੀ ਕਮਾਉਣਾ ਉਹੀ ਖਾਣ ਵਾਲਾ ਬੰਦਾ, ਮੈਂ ਇੱਥੇ ਕਮਿਸ਼ਨ ਦਫ਼ਤਰ ਦੇ ਬਾਹਰ ਅੱਗ ਲਾ ਕੇ ਆਪਣੇ ਆਪ ਨੂੰ ਫੂਕ ਲੈਣਾ ਜੀ, ਮੈਂ ਪੈਟਰੋਲ ਨਾਲ ਲੈ ਕੇ ਆਇਆ ਮੈਂ ਜੀ, ਮੈਂ ਆਪਣੇ ਉੱਤੇ ਪਾ ਕੇ ਹੁਣੇ ਨਾ ਸਾਡੀ ਕਿਸੇ ਨੇ ਸੁਣਵਾਈ ਕੀਤੀ, ਅਸੀਂ ਆ ਦੇਖੋ ਪੈਟਰੋਲ ਆਪਣਾ ਲੈ ਕੇ ਆਏ ਆ ਨਾਲ, ਅਸੀਂ ਹੁਣੇ ਫੂਕ ਲੈਣਾ ਜੀ ਤੇ ਅੱਗ ਲਾ ਲੈ। ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਵੀ ਇੱਥੇ ਆ ਵਾਲਾ ਇਸ ਤਰ੍ਹਾਂ ਦੀ ਹਰਕਤ ਹੋਈ ਹੈ, ਸੋ ਕਿਉਂਕਿ ਇਹ ਮੈਨੂੰ ਦੱਸਿਆ ਗਿਆ ਕਿ ਮੇਰੇ ਇਲਾਕੇ ਦਾ ਸੀਗਾ, ਸੋ ਮੇਰਾ ਫਰਜ਼ ਬਣਦਾ ਸੀਗਾ ਕਿ ਮੈਂ ਇਹਨਾਂ ਨਾਲ ਗੱਲ ਕਰਾਂ ਅਤੇ ਇਹਨਾਂ ਤੋਂ ਪੁੱਛਾਂ ਇਹਨਾਂ ਦਾ ਦੁੱਖ ਕੀ ਹੈ ਜੋ ਇਹਨਾਂ ਨੇ ਦੱਸਿਆ ਹੈਗਾ ਉਹਦੇ ਬਾਰੇ, ਕਿਉਂਕਿ ਨਾ ਕਦੀ ਮੈਨੂੰ ਇਹ ਪਹਿਲਾਂ ਮਿਲੇ ਨੇ ਅਤੇ ਇਸ ਕਰਕੇ ਮੈਨੂੰ ਇਹਦੀ ਜਾਣਕਾਰੀ ਨਹੀਂ। ਲੇਕਿਨ ਮੈਂ ਸਾਰਿਆਂ ਸਾਹਮਣੇ ਇਹਨਾਂ ਨੂੰ ਯਕੀਨ ਦਵਾਉਣਾ ਹੈਗਾ ਕਿ ਜੋ ਵੀ ਇਹਨਾਂ ਦੀ ਸ਼ਿਕਾਇਤ ਹੈਗੀ ਹੈ ਉਸ ਦੀ ਮੈਂ ਪ੍ਰੋਪਰ ਟਾਈਪ ਆਪ ਖੁਦ ਪੜਤਾਲ ਕਰਕੇ ਇਹਨਾਂ ਨੂੰ ਨਿਆਂ ਦੇਣ ਦੀ ਕੋਸ਼ਿਸ਼ ਕਰਾਂਗਾ। ਪਰ ਕਹਿੰਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਹੈ ਤਾਂ ਕਰਕੇ ਕਾਰਵਾਈ ਨਹੀਂ। ਦੇਖੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਕੁਛ, ਬਾਕੀ ਜੇ ਅੱਜ ਕੱਲ੍ਹ ਦੀ ਅੱਜ ਦੇ ਦਿਨ ਦੀ ਗੱਲ ਕਰੋ ਤਾਂ ਪੋਲੀਟੀਕਲ ਪ੍ਰੈਸ਼ਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੀਪੀ ਦਫ਼ਤਰ ਦੇ ਸਾਹਮਣੇ ਹੀ ਜਿੱਦਾਂ ਕਿ ਇਸ ਪਰਿਵਾਰ ਵੱਲੋਂ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਤੇ ਉਹ ਬੜੀ ਵੱਡੀ ਗੱਲ ਹੈ ਸਰ, ਬੜੀ ਚਿੰਤਾ ਦੀ ਗੱਲ ਹੈ ਕਿ ਦੇਖੋ ਮੈਂ ਇਸ ਬਾਰੇ ਜਾਣਦਾ ਹੀ ਨਹੀਂ, ਇਹਦਾ ਪਿਛੋਕੜ ਮੈਂ ਇਸ ਬਾਰੇ ਅੱਗੇ ਕੁਝ ਕਹਿ ਨਹੀਂ ਸਕਦਾ, ਲੇਕਿਨ ਇਹਨਾਂ ਨੂੰ ਇਹ ਕਾਰਵਾਈ ਕਰੂੰਗਾ। ਮੈਨੂੰ ਇਹ ਮੈਨੂੰ ਹਰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ, ਹੁਣ ਤਾਂ ਦੱਸਤਾ ਜੀ ਮੈਨੂੰ ਇਹੀ, ਮੈਨੂੰ ਕੁਝ ਨਹੀਂ ਪਤਾ ਹਾਲੀ, ਮੈਨੂੰ ਹਾਲੀ ਕੁਝ ਨਹੀਂ ਪਤਾ ਹੈ, ਪਲੀਜ਼ ਟ੍ਰਾਈ ਟੂ ਅੰਡਰਸਟੈਂਡ। ਤੁਹਾਨੂੰ ਮਿਲਣਗੇ ਸੁਣਾ ਕੇ? ਹਾਂਜੀ ਬਿਲਕੁਲ, ਜਿੱਦਾਂ ਦੀ ਕਾਰਵਾਈ ਹੋਈ ਸਪਸ਼ਟੀਕਰਨ ਦਿੱਤਾ ਜਾਊਗਾ, ਉਹ ਇਹੀ ਦੇਣਗੇ ਨਾ ਜੀ, ਜਦੋਂ ਇਹਨਾਂ ਨੂੰ ਸੰਤੁਸ਼ਟੀ ਹੋ ਜਾਏਗੀ ਇਹੀ ਆਪਣੇ ਆਪ ਦੱਸਣਗੇ, ਸਾਡਾ ਤਾਂ ਫਰਜ਼ ਬਣਦਾ ਅਸੀਂ ਸਪਸ਼ਟੀਕਰਨ ਨਹੀਂ ਦੇਣਾ, ਇਹ ਆਪ ਹੀ ਦੱਸਣਗੇ ਤੁਹਾਨੂੰ ਕਿ ਸਾਨੂੰ ਨਿਆਂ ਮਿਲ ਗਿਆ। ਠੀਕ ਹੈ ਨਾ ਜੀ।